ਲੁਧਿਆਣਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਸੈੱਲ ਨੇ ਗੁਪਤ ਸੂਚਨਾ ਦੇ ਆਧਾਰ ਤੇ ਬੀਤੀ ਰਾਤ ਸ਼ਿਵ ਮੰਦਰ ਪੁਲੀ ਨੇੜਿਓਂ ਦੋ ਨੌਜਵਾਨਾਂ ਨੂੰ 2 ਕਿਲੋ 400 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੀ ਪਹਿਚਾਣ ਸ਼ੁਭਮ ਕੁਮਾਰ ਵਾਸੀ ਨਿਊ ਕੁੰਦਨਪੁਰੀ ਅਤੇ ਅਭਿਸ਼ੇਕ ਕੁਮਾਰ ਵਾਸੀ ਸੁੰਦਰ ਨਗਰ ਲੁਧਿਆਣਾ ਵਜੋਂ ਹੋਈ ਹੈ। ਇਸ ਸੰਬੰਧੀ ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਨੌਜਵਾਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਬਰਾਮਦ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 12 ਕਰੋੜ ਰੁਪਏ ਦੱਸੀ ਜਾ ਰਹੀ ਹੈ। ਲੁਧਿਆਣੇ ਪੁਲਿਸ ਨੇ ਔਰ ਕਾਊਂਟਰ ਇੰਟੈਲੀਜੈਂਸ ਕੀ ਟੀਮ ਨੇ ਜੁਆਇੰਟ ਆਪਰੇਸ਼ਨ ਮੇਂ ਇੱਕ ਬਹੁਤ ਬੜੀ ਸਫਲਤਾ ਹਾਸਿਲ ਕੀ ਹੈ, ਜਿਸਮੇਂ ਕਿ 2 ਕਿਲੋ 400 ਗ੍ਰਾਮ ਹੀਰੋਇਨ ਅੱਜ ਲੁਧਿਆਣਾ ਸੇ ਬਰਾਮਦ ਕੀ ਹੈ ਔਰ ਦੋ ਮੁਲਜ਼ਮੋਂ ਕੋ ਗ੍ਰਿਫਤਾਰ ਕੀਆ ਹੈ। ਇਸਮੇਂ ਲੁਧਿਆਣਾ ਕੀ CIA2 ਕੀ ਟੀਮ ਇਨਵੋਲਵ ਥੀ ਜਿਸ ਆਪਰੇਸ਼ਨ ਮੇਂ, ਔਰ ਜੋ ਦੋ ਮੁਲਜ਼ਮ ਹੈ ਸ਼ੁਭਮ ਉਰਫ ਬੰਬ ਅਭਿਸ਼ੇਕ ਜੈਨ, ਇਨ ਦੋਨੋਂ ਕੋ ਗ੍ਰਿਫਤਾਰ ਕੀਆ ਹੈ, ਬਾਕੀ ਇਨਸੇ ਪੁੱਛਤਾਛ ਜਾਰੀ ਹੈ। ਸ਼ੁਭਮ ਕੇ ਉੱਪਰ ਜੋ ਇਸਨੇ ਪੁੱਛਤਾਛ ਮੇਂ ਮਾਨਾ ਹੈ, ਦੋ ਮੁਕਦਮੇ ਪਹਿਲੇ ਵੀ ਦਰਜ ਹੈ ਹੁਸ਼ਿਆਰਪੁਰ ਡਿਸਟ੍ਰਿਕਟ ਮੇਂ, ਜੋ ਕਿ 2017 ਮੇਂ ਇਸਨੇ ਇੱਕ ਗਾੜੀ ਕੋ ਆਪਣਾ ਖੋਨੇ ਕੀ ਕੋਸ਼ਿਸ਼ ਕੀ ਥੀ, ਉਸਮੇਂ ਅਰੈਸਟਿਡ ਥਾ ਔਰ 2 ਸਾਲ ਬਾਅਦ ਹੀ ਅਭੀ 1 ਮਹੀਨੇ ਪਹਿਲੇ ਹੀ ਜ਼ਮਾਨਤ ਪਰ ਬਾਹਰ ਆਇਆ ਥਾ, ਇਸਕੇ ਬਾਅਦ ਹੀ ਸਮਗਲਿੰਗ ਕਰਨੇ ਲੱਗ ਗਿਆ ਥਾ। ਇਹ ਖੁਦ ਵੀ ਨਸ਼ਾ ਕਰਨੇ ਕੇ ਆਦੀ ਹੈ ਔਰ ਬਾਕੀ ਇਨਸੇ ਔਰ ਪੁੱਛਤਾਛ ਮੇਂ ਔਰ ਖੁਲਾਸੇ ਹੋਗੇ ਕਿ ਕਿਸਕੋ ਇਹ ਬੇਚਦੇ ਥੇ, ਕਿਸੇ ਖਰੀਦਤੇ ਥੇ, ਵੋ ਹਮਾਰੀ ਇਨਵੈਸਟੀਗੇਸ਼ਨ ਜਾਰੀ ਹੈ। ਜੋ ਅਭੀ ਇਨਕੀ ਇੰਟਰੋਗੇਸ਼ਨ ਅਭੀ ਪੁੱਛਤਾਛ ਇਨਸੇ ਕਰਨੀ ਹੈ, ਰਿਮਾਂਡ ਦੇ ਕੇ ਪੁੱਛਤਾਛ ਕਰੇਂਗੇ। ਬਾਕੀ ਇਹ ਇਨ੍ਹਾਂ ਮਾਨਾ ਹੈ ਕਿ ਜੋ ਲੁਧਿਆਣਾ ਕੇ ਬਾਰਡਰ ਸੇ ਇਨਕੋ ਹੀਰੋਇਨ ਆਤੀ ਥੀ ਲੁਧਿਆਣਾ ਕੇ ਏਰੀਏ ਸੇ, ਤੋ ਉਸਕੀ ਵੀ ਹਮ ਲੋਗ ਛਾਨਬੀਨ ਕਰ ਰਹੇ ਹੈਂ। ਵੋ ਸਾਰੇ ਇਨਵੈਸਟੀਗੇਸ਼ਨ ਮੇਂ ਸਾਰੀ ਬਾਤੇਂ ਅਭੀ ਸਾਹਮਣੇ ਆਈ। ਹੁਸ਼ਿਆਰਪੁਰ ਜੇਲ੍ਹ ਮੇਂ ਥਾ, ਉਸਕੀ ਵੀ ਹਮ ਲੋਗ ਚੈਕਿੰਗ ਕਰੇਂਗੇ ਕਿ ਵਹਾਂ ਹੁਸ਼ਿਆਰਪੁਰ ਜੇਲ੍ਹ ਸੇ ਇਸਕੇ ਸਾਥ ਕਿਆ ਲਿੰਕ ਹੈ, ਔਰ ਜੋ ਵੀ ਇਨਵੈਸਟੀਗੇਸ਼ਨ ਮੇਂ ਚੀਜ਼ਾਂ ਸਾਹਮਣੇ ਆਈ ਉਸ ਹਿਸਾਬ ਸੇ ਕਾਰਵਾਈ ਕਰੇਂਗੇ। ਦੋਨੋਂ ਤਰੀਕੇ ਸੇ ਸੇਲ ਕਰਦੇ ਥੇ, ਛੋਟੀ ਛੋਟੀ ਕੁਆਂਟਿਟੀਜ਼ ਮੇਂ ਵੀ ਔਰ ਬਲਕ ਮੇਂ ਵੀ ਦੋਨੋਂ ਹੀ ਤਰੀਕੇ ਸੇ ਸੇਲ ਕਰਦੇ ਥੇ। ਬਾਕੀ ਇਨਕੀ ਜੋ ਬਾਕੀ ਇਨਵੈਸਟੀਗੇਸ਼ਨ ਹੈ ਪੁੱਛਤਾਛ ਕੇ ਬਾਅਦ ਔਰ ਇਨਕੇ ਪਤਾ ਲੱਗੇਗਾ ਕਿ ਕਿਤਨੇ ਲੋਕੋਂ ਕੋ ਸੇਲ ਕੀ ਹੈ, ਕਿਤਨੇ ਲੋਕ ਕਰਨੇ। ਸਰ ਲਾਸਟ ਪਿਛਲੇ ਕਈ ਅਭੀ ਇਸਕੀ ਪੂਰੀ ਤਰੀਕੇ ਸੇ ਛਾਨਬੀਨ ਹੋ ਕੇ ਕ੍ਰੋਸ ਵੈਰੀਫਾਈ ਕਰਨੇ ਬਾਕੀ ਹੈ, ਵੋ ਹਮਾਰੀ ਟੀਮ ਇਸ ਕਾਮ ਮੇਂ ਲੱਗੀ ਹੋਈ ਹੈ।